ਬਜਰ ਕਿਵੇਂ ਜ਼ਮਾਨਾ ਸੜਦਾ ਰਵੇ ਬਗੈਰ ਪੈਟਰੋਲ ਤੋਂ ਮਿੱਟੀ ਦੇ ਤੇਲ ਤੋਂ ਡੀਜ਼ਲ ਤੋਂ ਬਗੈਰ ਇੱਕ ਮਸ਼ਵਰਾ ਸੈਯਦ ਫਕੀਰ ਦੀ ਨਗਰੀ ਚ ਖਲੋ ਕੇ ਬਹੁਤ ਅਜ਼ੀਮ ਮਸ਼ਵਰਾ ਦਿੰਦਾ ਪਿਆ ਹਾਂ ਜ਼ਮਾਨਾ ਭਾਵੇਂ ਸਵਾਲ ਕਰ ਸਕਦੇ ਹੋ ਲੋਟ ਵਾਲੇ ਹੋ ਸ਼ਬਰ ਕਾਸ਼ ਸਿੱਧ ਹੋ ਕੇ ਮਸ਼ਵਰਾ ਦੇਣਾ ਮਸ਼ਵਰਾ ਕਿਹਾ ਹੈ ਜ਼ਮਾਨਾ ਕਿਵੇਂ ਸੜਦਾ ਰਵੇ ਨਾ ਮਾਚਿਸ ਹੋਵੇ ਨਾ ਪੈਟਰੋਲ ਹੋਵੇ ਨਾ ਡੀਜ਼ਲ ਹੋਵੇ ਕਿਵੇਂ ਜ਼ਮਾਨਾ ਭਾਵੇਂ ਸਾੜੇ ਤਾਰਵੇ ਹੱਥਾਂ ਦੇ ਖੈਰ ਹੋਵੇ ਕਿਆ ਬਾਤ ਹੋਵੇ ਤੁਹਾਡੇ ਸਾਰੇ ਬੋਲੋ ਅਲੀ ਦੇ ਦਵਾਰ ਤੇ ਚੁਕਾ ਜ਼ਮਾਨਾ ਭਾਵੇਂ ਸਾਰੇ ਦਰਵੇ ਸਾਰੇ ਅਲੀ ਦੇ ਦਵਾਰ ਤੇ ਚੁਕਾ ਜ਼ਮਾਨਾ ਭਾਵੇਂ ਸਾਰੇ ਦਰਵੇ ਸਾਰੇ ਅਲੀ ਦੇ ਦਵਾਰ ਤੇ ਚੁਕਾ ਤੁਸੀਂ ਜ਼ਮਾਨਾ ਜ਼ਿੰਦਗੀ ਬਾਕੀ ਬਾਤ ਬਾਕੀ ਸੋਲੀ ਬੋਲ ਬੋਲ ਅਲੀ ਅੱਲਾ ਅੱਲਾ ਅਲੀ ਕਲੰਦਰ ਮੌਲਾ ਹੈਲੀ ਦਾ ਮਲੰਗ ਬਣ ਜਾ ਮੌਲਾ ਹੈਲੀ ਦਾ ਮਲੰਗ ਬਣ ਜਾ ਮੌਲਾ ਕਿਆ ਮਲੰਗ ਬਣ ਜਾ ਸਾਡਾ ਹੈਲੀ ਅਲੀ ਮੇਰੇ ਤੇ ਪੱਕਾ ਜ਼ਮਾਨਾ ਭਾਵੇਂ ਸਾੜੇ ਤਾਰ ਹੱਥਾਂ ਦੇ ਕਹਿ ਰਹੇ ਬਈ ਕਿਆ ਕਹਿ ਸਾਰੇ ਬੋਲੋ ਮਹੁਸੈਨ ਦੀ ਰਾਜ਼ੀ ਹੋਵੇ ਸਾਰਾ ਲਈ ਦੇ ਦਵਾਰੇ ਤੇ ਜਗਾ ਜ਼ਮਾਨਾ ਭਾਵੇਂ ਸੜਦਾ ਰਵੇ ਸਰਕਾਰ ਹੱਸਾ ਲਹਿ ਸੋਹਣਾ ਤੁਸਾਂ ਮੈਨੂੰ ਦੱਸੋ ਮੇਰੇ ਸੋਜੀ ਇਕੱਲੇ ਨੇ ਘਬਰਾ ਕੇ ਚਾਰ ਚਾਰ ਦੋ ਦੋ ਹੁੰਦੇ ਨੇ ਮਾਂ ਹੁਸੈਨ ਦੀ ਰਾਜ਼ੀ ਹੋਵੇ ਚੁਗਤਾਈ ਸਾਹਿਬ ਤੁਸਾਂ ਮੇਰੇ ਪਾਸੇ ਵੇਖਣਾ ਹੈ ਬਾਅਦ ਚ ਕਈਆਂ ਬੰਦੇ ਨਾ ਸ਼ਬਰ ਸ਼ਾ ਰਹਿ ਗਿਆ ਨਾ ਨਾ ਸਲਾਤੋ ਸਲਾਮ ਦਾ ਦਰਬਾਰ ਬਈ ਜਨ ਲਾਨ ਹੋਇਆ ਐਲਾਨ ਹੋਇਆ ਮੋਚੀ ਨੇ ਸੁਣਿਆ ਬਈ ਜਨ ਦੋ ਰਕਤ ਨਮਾਜ਼ ਨਫਲ ਪੜਦੇ ਇੱਕ ਟੰਕ ਲਾਂਦੇ ਦੋ ਰਕਤ ਨਮਾਜ਼ ਨਫਲ ਪੜਦੇ ਇੱਕ ਟੰਕ ਲਾਂਦੇ ਐਲਾਨ ਸੁਣਿਆ ਹਸਨ ਸ਼ਾਮ ਪਿਆ ਦੇ ਬਈ ਜਨ ਡੀ ਆ ਗਿਆ ਅਲੀ ਦੀਪਕ ਦਾ ਵਾਰਸ ਹਸਨ ਸ਼ਾਮ ਪਿਆ ਗਿਆ ਰਸਤਾ ਬਣਾਓ ਰਸਤਾ ਬਣਾਓ ਮੌਲਾ ਸਾਰੇ ਚੌਧਰੀ ਦੇ ਆ ਗਏ ਮੌਲਾ ਤੁਹਾਨੂੰ ਕਿਹਦਾ ਇੰਤਜ਼ਾਰ ਹੈ ਸਰਕਾਰ ਮੁਸਕਲ ਜਿਹੜਾ ਮੇਰਾ ਹੈ ਮੇਕੋ ਦਾ ਇੰਤਜ਼ਾਰ ਹੈ ਜਿਹੜਾ ਮੇਰਾ ਹੈ ਮੇਕੋ ਦਾ ਇੰਤਜ਼ਾਰ ਹੈ ਉਹਨਾਂ ਕਹਾ ਮੌਲਾ ਸਾਰੇ ਆ ਗਏ ਸਰਕਾਰ ਚ ਬੋਲਦੇ ਰਸਤਾ ਛੋੜੋ ਮੇਰਾ ਹੁਬਦਾਰ ਆ ਗਏ ਬਜਰਮੋਦਾਨ ਦੇ ਅੱਗੇ ਕਦਮ ਉਸੇ ਕੀਤੀ ਮੌਲਾ ਜੁੱਤੀ ਨਾ ਲੈਣ ਤਿਆਰ ਕੀਤੀ ਰੱਖੀ ਮੌਲਾ ਪਾ ਕੇ ਦੇਖੋ ਮੁੱਛ ਜੁੱਤੀ ਸੋਹਣੀ ਮੋਚੀ ਮੰਗ ਕਿਆ ਮੰਗਦੇ ਮੋਚੀ ਮੰਗ ਕਿਆ ਮੰਗਦੇ ਮੋਚੀ ਮੰਗ ਕਿਆ ਮੰਗਦੇ ਉਹਨਾਂ ਕਿਹਾ ਮੌਲਾ ਤੁਸਾਂ ਦੇਣਾ ਹੈ ਤੁਸੀਂ ਜ਼ਹਰਾ ਦੇ ਪੁੱਤਰ ਹੋ ਤੁਸਾਂ ਦੇਣਾ ਆਪਣੀ ਬਸਾਤ ਦੇ ਮੁਤਾਬਕ ਮੈਂ ਮੰਗਣਾ ਆਪਣੀ ਔਕਾਤ ਦੇ ਮੁਤਾਬਕ ਮੌਲਾ ਤੁਸਾਂ ਬਤੂਰ ਦੇ ਪੁੱਤਰ ਹੋ ਅਲੀ ਦੇ ਪੁੱਤਰ ਹੋ ਮੰਗ ਕਿਆ ਮੰਗਦੇ ਮੰਗ ਕਿਆ ਮੰਗਦੇ ਮੋਚੀ ਦੇ ਪੁੱਤਰ ਸਭ ਬਹੁਤ ਕੁਝ ਲੇਕਿਨ ਮੈਂ ਹੱਸਾਂ ਦੇ ਕੇ ਕੰਮ ਵੀ ਕਰਨੇ ਮੌਲਾ ਕਿਹੜਾ ਕੰਮ ਮੌਲਾ ਡੇਸੋ ਕਿਆ ਕਰਨਾ ਕਿਆ ਹੈ ਸਰਕਾਰ ਸਾਡਾ ਹੈਸਲਾ ਤੋ ਸਲਾਮ ਮੋਚੀ ਦੇ ਪਾਸ ਦੇ ਕਿਆ ਦੇ ਮੇਰੇ ਵੱਲੋਂ ਛੋਟਾ ਜਿਹਾ ਤੋਹਫਾ ਤੋ ਕਬੂਲ ਕਰੇ ਮੇਰੇ ਵੱਲੋਂ ਛੋਟਾ ਜਿਹਾ ਤੋਹਫਾ ਤੋ ਕਬੂਲ ਕਰੇ ਮੇਰੇ ਸਰ ਜਾਓ ਬਈ ਤੋਹਫਾ ਤੋ ਕਬੂਲ ਕਰੇ ਮੇਰੇ ਵੱਲੋਂ ਹੋ ਗਿਆ ਕਿਹੜਾ ਤੋਹਫਾ ਤੋ ਕਬੂਲ ਕਰੇ ਸਤਾ ਪੁਸ਼ਤਾਂ ਦੇ ਕੀਤੇ ਜੰਨਤ ਵਸੂਲ ਕਰੇ ਮਾਹੌਸੈਨ ਦੀ ਦਾਦੀ ਹੋਵੇ ਮੇਰੇ ਵੱਲੋਂ ਛੋਟਾ ਜਿਹਾ
मेरे वालों छोटा जिया हुक्म लाओ काम क्या करना है तुम्हारा काम केड़ा वसूल कहे सता मेरे सामने तू खड़ के जरा मेरे सब क्या मेरे बाबे दा तू ऊंचा नारा ला जमाना भावे साढ़े दार वे महोसैन जी को दिल लगा जी जेड़ा नसला तो बुजदिल होवे जेड़ा नसला तो बुजदिल होवे जेड़ा नसला तो बुजदिल होवे सोचा वखरिया वखरिया हो दिल हो वे हो शेरे चलीनो की जाने मौसम दिला दी होवे जेड़ा दी कीमत दी फदर सनी जनाब जेड़ा नसला तो बुज दिल हो वे हो शेरे चलीनो की जाने जेड़ा नसला तो बुज दिल हो वे हो शेरे चलीनो की जाने जेड़ा नसला जेको अपने प्यूता पग कोई नहीं जेको अपने प्यूता पग प्यूदा पग कोई नहीं ओ शख्स अली नो की जाने मौसम ਸਾਡੇ ਬਿਰਾਦਰ ਸਾਰੇ ਕਾਜੇ ਸਾਰੇ ਕਾਜੇ ਸਾਰੇ ਸ਼ੀਆਂ ਨੇ ਹੈਦਰ ਕਰਾ ਤਰਫਾ ਬਕੀ ਹੈਦਰ ਕਾਬੇ ਦੇ ਸੀਨੇ ਤੇ ਕੁਰਾਨ ਤੇ ਵਾਂਗੋ ਉਤਰੇ ਆਏ ਹੈਦਰ ਕਾਬੇ ਦੇ ਸੀਨੇ ਤੇ ਕੁਰਾਨ ਤੇ ਵਾਂਗੋ ਉਤਰੇ ਆਏ ਹੈਦਰ ਕਾਬੇ ਦੇ ਸੀਨੇ ਤੇ ਕੁਰਾਨ उतरे आहे जैको सूरा है पकरा याद नहीं 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 ओ नादे अली नो की जाने हुसैन दी बेनज़ीर लो जी एक तेरा रजब दे हवाले नाल एक दो कसीदे सुनो उस तो बाद एक कसीदा इमामे जाफर सादिक अलैहि सलाम ठीक है एक इमाम हसन अस्करी दा मुश्तरका मेरे दिल में कसीदे सारे पढ़ो जितने बोले हो पढ़ो तो उची पढ़ो तेरा रजब को मजहरे यजदान आ गया तेरा रजब को मजहरे यजदान आ गया बजनी बरान के ईमान की पहचान आ गया हातमों की यादें ही कर रहा है तलावत कुरान की काफर के घर कहां से मुसलमान आ गया काफर के घर कहां से मुसलमान आ गया लो भाई जी तेरा रजब दी बाहया ते गैरतमंद सूरज ने अख खोली पहली किरण जमीन ते आई
ہر ترتے پھرتے بندے نو چھیڑ کے دی ہوش کر علی آ گئے پاک علی دی پاکما پہلا قدم گھر چ باہر کڈیا تے ٹر دیا انبیاء اوصیاء ہورا فرشتے سارے منظر ویکھدے پے کہ علی دی ماں ٹر دیا علی دی ماں نے ایک گل کیتی کعبے دے پاسے دے کے میں بنتے اسد ہوں مجھے راستہ دو میں بنتے اسد ہوں میں بنتے اسد ہوں مجھے راستہ دو میں بنتے اسد ہوں مجھے راستہ دو میں بنتے اسد ہوں مجھے راستہ دو کیوں وجہ راستہ دو میں سلانے چلی ہوں میں بلتے میں بلتے اسد ہوں مجھے راستہ دو دو مہدر کو کام ملا کیوں ہوں بڑا منتظر ہے علی کا محمد بڑا منتظر ہے محمد میں بھائی سے بھائی ملانے لگی ہوں میں بھلتے لگی ہوں بڑی مزدور خالی گئی واپس ملیے بیبی تو ور جا بیبی تو ور جا علی دی ماں دے چہرے جلا لایا بیبی مریم اگر مجھ کو بلایا نہ جاتا تو کعبہ میرے پاس خود چل گیا تھا اگر مجھ کو بلایا نہ جاتا تو کعبہ میرے پاس خود چل گیا تھا یہ کعبہ یہ کعبہ صدیوں سے بت کدا تھا اسے آج قبلہ بنانے لگے کعبہ جو صدیوں سے اسے آج قبلہ بنانے لگی ہوں دی آمد ہوئی علی دی ماں نے پتر نو ہتھاں دے چایا پاک محمد دے پاس اشارہ کر کے ابھی دور میرا آج ہے میرے سرور چلے آؤ بیٹا کے گئے ابھی دور میرا سرور چلے آؤ بیٹا گئے میں میرا جسے پیش تر ہی محمد میں میرا جسے تر محمد تجھے رب کا چہرہ دکھانے لگی ہوں تیز تیز ہوتا کہ نہیں تھا مت دسو ذرا اچھا اچھا ایک سیدھا اٹھیا نہیں چلو وہ میں مر گیا سلوات اچھی
ਜੀ ਸੋਹਣੀ ਸਲਵਾਤ ਵੀ ਸੋਚਾਂ ਤੇਜ਼ ਹੁੰਦਾ ਕੀ ਹੈ ਮੌਸੈਨ ਦੀ ਰਾਜੀ ਦੋਸਤ ਸੁਣਾਓ ਕਸੀਦਾ ਮੇਰਾ ਇਰਾਦਾ ਹੈ ਔਰ ਦੂੰਗਾ ਫੁੱਲ ਤਲੀ ਕਾ ਯੇ ਹਮਸੇ ਵਾਦਾ ਹੈ ਕਜਨ ਅਲੀ ਕੇ ਨਾਰੇ ਸੇ ਜਿਸਕੋ ਬੁਖਾਰ ਹੋ ਜਾਏ ਉਸੇ ਸਮਝੋ ਕਿ ਵਹੀ ਹਰਾਮ ਜ਼ਾਦਾ ਹੈ ਬਾਬਾ ਜੀ ਰੱਬੇ ਮੁਹੰਮਦ ਦੀ ਕਸਮ ਉਹਨੂੰ ਤੇਜ਼ ਪੜ੍ਹੇ ਨਹੀਂ ਜੇ ਕਦੀ ਮੈਂ ਨਾ ਮੈਨੂੰ ਤੇਜ਼ ਪਤਾ ਹੀ ਨਹੀਂ ਕਾਦੀ ਵਸੀਮ ਦੇ ਕੰਮ ਦੇ ਮੇਰੇ ਉਸਤਾਦ ਨੇ ਤੇਜ਼ ਪੜ੍ਹੇ ਲਓ ਜੀ ਮੈਂ ਇੱਕ ਪਾਕ ਬਤੂਲ ਬੀਬੀ ਦਾ ਕਿਸ਼ਾ ਦੱਸਦਾ ਪੜ੍ਹ ਕੇ ਜੀ ਪਾਕ ਬੀਬੀ ਦਾ ਲਓ ਜੀ ਸੋਹਣੀ ਸਲਵਾਤ ਪੜ੍ਹੋ ਲਓ ਜੀ ਬਤੂਲ ਸਾਡੇ ਇਲਾਕੇ ਚ ਸੀਗੇ ਜ਼ਾਦੇ ਉਹਨਾਂ ਦੇ ਕੋਲ ਇੱਕ ਬੰਦਾ ਗਿਆ ਸੈਯਦ ਮੈਂ ਜਾਓ ਪਾਣੀ ਲੈ ਕੇ ਆਓ ਪਾਣੀ ਵਜ਼ੂ ਕੀ ਫਿਰ ਪੁੱਛਿਆ ਉਹਨਾਂ ਕੀ ਆਖੇ ਬਤੂਲ ਕਿਸ ਨੂੰ ਵਾਹਦੇ ਸਿਗਰ ਮੁਸਕੁਰਾ ਕਹਿੰਦਾ ਕਭੀ ਮੈਂ ਖੁਦਾ ਹੁਆ ਤੋ ਬਤਾਊਂਗਾ ਬਤੂਲ ਕਿਆ ਹੈ ਕਭੀ ਮੈਂ ਖੁਦਾ ਹੁਆ ਤੋ ਮੈਂ ਬਤਾਊਂਗਾ ਫਰਿਸ਼ਤੋ ਘਰ ਮੇ ਬੈਠੀ ਹੈ ਬਤੂਲ ਰੁਕ ਜਾਓ ਫਰਿਸ਼ਤੋ ਘਰ ਮੇ ਬੈਠੀ ਹੈ ਬਤੂਲ ਰੁਕ ਜਾਓ ਯਹਾਂ ਸੇ ਮਿਲਤੀ ਹੈ ਜੰਗ ਕੋ ਅਸੂਲ ਰੁਕ ਜਾਓ ਬਜ ਨਬੀ ਜੋ ਆਏ ਤੋ ਫੌਰਨ ਖੁਦਾ ਯੇ ਕਹਿਤਾ ਹੈ ਯੇ ਮੇਰੀ ਜ਼ਾਹਿਰਾ ਕਾ ਘਰ ਹੈ ਰਸੂਲ ਰੁਕ ਜਾਓ ਯੇ ਮੇਰੀ ਜ਼ਹਰਾ ਕਾ ਘਰ ਹੈ ਰਸੂਲ ਰੁਕ ਜਾਓ ਹਸਨ ਹੁਸੈਨ ਨਬੀ ਸੱਜੇ ਜਾਨੂ ਤੇ ਖਬਰ ਜਾਨੂ ਫਰਮਾਇਆ ਨਾਨਾ ਸਰਕਾਰੇ ਸਲਮਾਨ ਨੇ ਬਾਦਸ਼ਾਹੀ ਕੀਤੀ ਰਾਜ ਕੀਤਾ ਉਹਦੀ ਵਜ੍ਹਾ ਕਈ ਰਾਜ ਕਿਹਾ ਹੈ ਨਬੀਆਂ ਦਾ ਸੁਲਤਾਨ ਨਬੀ ਪੁੱਤਰਾਂ ਦੇ ਮੂੰਹ ਚ ਕਹਿੰਦੇ ਉਹਦੇ ਹੱਥ ਚ ਇੱਕ ਅੰਗੂਠੀ ਉਸਨੇ ਤੇਰੇ ਪਿਓ ਦਾ ਨਾਂ ਲਿਖਿਆ ਉਹਦੀ ਵਜ੍ਹਾ ਹੈ ਸਰ ਅੱਛਾ ਬਾਬਾ ਨਾਨਾ ਦੂਸਰਾ ਸਵਾਲ ਕਿਹੜਾ ਮਿਸਰ ਦਾ ਬਾਜ਼ਾਰ ਹੈ ਯੂਸਫ ਨਬੀ ਤੁਰਦਾ ਨਹੀਂ ਆਖਰ ਇੱਕ ਮਾਈ ਸੂਤਰ ਦੀ ਅੱਡੀ ਲੈ ਕੇ ਗਈ ਯੂਸਫ ਨਬੀ ਤੁਰ ਗਿਆ ਨਾਨਾ ਸ਼ਾਈਆਂ ਰੱਖੀਆਂ ਗਈਆਂ ਜਗੀਰਾਂ ਰੱਖੀਆਂ ਗਈਆਂ ਆਖਰ ਸੂਤਰ ਦੀ ਅੱਡੀ ਚ ਵਜ੍ਹਾ ਕਿਆ ਹੀ ਰਾਜ ਕਿਆ ਹੈ ਪੁੱਤਰ ਦਾ ਉਹ ਚੁੱਕ ਕਹਿੰਦੇ ਬਾਜ਼ਾਰ ਮੇ ਯੂਸਫ ਕੇ ਖਰੀਦਾਰ ਥੇ ਲਾਖੋਂ ਬਾਜ਼ਾਰ ਮੇ ਯੂਸਫ ਕੇ ਖਰੀਦਾਰ ਥੇ ਲਾਖੋਂ ਬਜਨ ਕਾਨੋਂ ਨੇ ਨਹੀਂ ਬਾਤ ਅਖੀਤੇ ਨੇ ਸੁਣੀ ਥੀ ਹਾਂ ਜਿਸ ਸੂਦ ਕੀ ਅੱਡੀ ਪੇ ਬਿਕੇ ਹਜ਼ਰਤ ਯੂਸਫ ਵੋ ਸੂਦ ਕੀ ਅੱਡੀ ਮੇਰੀ ਜ਼ਹਰਾ ਨੇ ਬੁਨੀ ਥੀ ਵੋ ਸੂਦ ਕੀ ਅੱਡੀ ਮੇਰੀ ਜ਼ਹਰਾ ਨੇ ਬੁਨੀ ਥੀ ਸਲਵਾਤ ਉੱਚੀ ਆਵਾਜ਼ ਨਾਲ ਪੜੋ ਬਚਨ ਸਲਵਾਤ ਉੱਚੀ ਆਵਾਜ਼ ਨਾਲ ਪੜੋ ਬੇਟਾ ਬੈਠ ਜਾ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੀ ਨਹੀਂ ਓ ਨਬਦਿਆਂ ਤੇ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੀ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੀ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੀ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੇ ਨਬੀ ਰਾਜ਼ੇ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੇ ਨਬੀ ਰਾਜ਼ੇ ਨਹੀਂ ਜੇ ਨਬਦਿਆਂ ਤੇ ਨਬੀ ਸੋਹਣੇ ਦੀਦੀ ਰਾਜ਼ੇ ਨਹੀਂ ਉਹ ਤੁਹਾਡੀ ਜ਼ਿੰਦਗੀ ਹੋਵੇ ਅੱਲਾ ਦੀ ਕਸਮ ਹੈ ਨਾ ਕਦੀ ਤੇਜ਼ ਪੜਿਆ ਤੇ ਨਾ ਮੈਨੂੰ ਪਤਾ ਜਾ ਤੁਹਾਡੀ ਇੱਜ਼ਤ ਦੀ ਕਸਮ ਮਾਂ ਹੁਸੈਨ ਦੀ ਰਾਜ਼ੀ ਹੋਵੇ ਦਾਰਣ ਛੋੜਿਆ ਹੋ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੇ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੇ ਨਹੀਂ ਓ ਨਬਦਿਆਂ ਤੇ ਕਸਮ ਰੱਬ ਦੀ ਨਬੀ ਰਾਜ਼ੇ ਨਹੀਂ ਓ ਨਬਦਿਆਂ ਤੇ ਕਸਮ ਰੱਬ
ਬੰਦਿਆਂ ਤੇ ਨਬੀ ਸੋਹਣੇ ਦਿਦੇ ਰਾਜ਼ੇ ਨੇ ਨਬੀ ਸੋਹਣੇ ਦੀਦੀ ਰਾਜ਼ੀ ਨਹੀਂ ਸਾਰੇ ਸ਼ੀਆਂ ਦੇ ਹੈਦਰ ਕਰਾਜ ਭਾਵੇਂ ਹਾਜੀ ਹੋਵੇ ਭਾਵੇਂ ਕੋਈ ਨਮਾਜ਼ ਹੋਵੇ ਭਾਵੇਂ ਕੋਈ ਹਾਜ਼ਰ ਹੋਵੇ ਭਾਵੇਂ ਕੋਈ ਨਮਾਜ਼ ਹੋਵੇ ਜਿਹੜੇ ਬੰਦੇ ਤੇ ਨਜ਼ਾਰਾ ਮੇਰੀ ਰਾਜ਼ ਹੋਵੇ ਭਾਵੇਂ ਮਰ ਜਾਵੇ ਉਹ ਕਾਫੇ ਵਿੱਚ ਚਲੀ ਰਾਜ਼ੀ ਨਹੀਂ ਲਓ ਜੀ ਇੱਕ ਸ਼ੇਰ ਸੁਣ ਲਓ ਔਰ ਮੇਰੀ ਹਾਜ਼ਰੀ ਹੋ ਗਈ ਜ਼ਿੰਦਗੀ ਬਾਕੀ ਮੇਰੀ ਮੁਲਾਕਾਤ ਬਾਕੀ ਔਰ 15 ਸ਼ਵਾਲ ਚੁਗਤਾਈ ਸਾਹਿਬ ਦੀ ਮਜਲਿਸ ਤੇ ਮੁਲਾਕਾਤ ਹੋ ਸੀ ਉਹ ਸੋਜੀ ਮੇਰੇ ਬੋਲ ਰਹੇ ਸੀ ਪਰ ਜਿੰਨੇ ਤੇਜ਼ ਆ ਕੋ ਟ੍ਰੇਨ ਨਾਲ ਰਲ ਕੇ ਕਿਸੇ ਦੇ ਬਣ ਸਕਦਾ ਲੋਕ ਇਹਦੇ ਸਹੀ ਸੁਰੀਲੇ ਨਹੀਂ ਹੁੰਦੇ ਰੌਲਾ ਬੜਾ ਪਿਆ ਸਹੀ ਸੁਰੀਲੇ ਨਹੀਂ ਇਹ ਖਾਨ ਸਭਾ ਦਾ ਕੰਮ ਹੈ ਲਓ ਜੀ ਮੈਂ ਦੱਸਣਾ ਵੀ ਸਹੀ ਦੇ ਸੁਰੀਲੇ ਹੁੰਦੇ ਨੇ ਕਲਾਮੇ ਬਹੂ ਮੈਂ ਬਾਬਾ ਜੀ ਸਭ ਤੋਂ ਪਹਿਲੇ ਅੱਜ ਤੋਂ 10 ਸਾਲ 12 ਸਾਲ ਪਹਿਲੇ ਸਭ ਤੋਂ ਮੈਂ ਪਹਿਲੇ ਕਲਾਮੇ ਬਹੂ ਪੜ੍ਹਿਆ ਮੇਰੇ ਤੋਂ ਬਾਅਦ ਮੁਹੰਮਦ ਸੈਨ ਸ਼ਾਹ ਪੜ੍ਹਿਆ ਹੋਰ ਵੀ ਜ਼ਾਕਰਾਂ ਡੇ ਪੜ੍ਹਿਆ ਪੜ੍ਹੀਏ ਜੀ ਸਲਵਾਤ ਉੱਚੀ ਆਵਾਜ਼ ਨਾਲ ਅਦਲ ਕਰੇ
ਮੌਜਾਂ ਦੀ ਵਾਲੀ ਹੋਵੇ ਬਈ ਜਾਨ ਹੋਰ ਕੌਣ ਬੁਲਾਉਂਦੀ ਏ ਕਨਫਰਮ ਲਾਲਤੀ 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 ਏ ਲੋਕ ਬਜਾ ਦੇ ਸ਼ੇਰ ਮਿਸਾਲ ਮੇ ਦੁਆ ਅਗੂ ਜਿਨੂੰ ਵੀ ਜਿਹੜੀ ਜਾਨ ਤੋਂ ਬੜਿਆ ਤੇਜ਼ ਔਰ ਪੰਜਾਬੀ ਕਿਸੇ ਲਾਲਤੀ ਏ ਕਨਫਰਮ 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 ਲਾਲਤੀ ਏ حسبنا الله ونعم الوكيل نعم المولى ونعم النصير ما شاء الله لا حول ولا قوة الا بالله العلي العظيم بسم الله الرحمن الرحيم يا كاشف الكرب عن وجه الحسين عليه الصلاة والسلام اكشف كربي بحق اخيك الحسين عليه الصلاة والسلام اللهم صل على سارے مومن مل کے امام زمانہ سرکار کی آمد پر بلند صلوات اللهم نعرہ تکبیر اللہ اکبر نعرہ رسالت یا رسول اللہ نعرہ حیدری یا علی علیہ السلام ایک سونی صلوات پڑھو سب تو پہلے تسا سارا کو مولا امام علی نکی علیہ السلام دی آمد مبارک ہوئے ماشاءاللہ تو سنو جشن مناون والا منائے سنن والا سنائے پڑھن والا سب کو سنو جشن پڑھے شام دا وقت ہے میں روز پڑھدا رہنا تے اذان بھی ملن والی ہیں زیادہ نہ پڑھنا نہیں ایکو قصیدہ سنا کے بسم اللہ تے دعا محسوس ہے اجازت ماشاءاللہ ایک سونی جی سلوات سناؤ تے میرا میں دو چار فرمائشاں پوریاں کراں تاں واسطے اذان مل رہی سی تے لطف نہیں ہوندا تے جی آج جی رب نواز ہوندے پے ہک اتنا اگر ہے تو اگر روت میں تکھی لکھے دو چار میں کو تقریر تاں کرنی بڑا ہے یار اچھا پہلے پہلے قصیدہ میں وقت چلو قصیدہ میں مولا امام علی نقی علیہ الصلوۃ والسلام کو سنا کے بعد ایک قصیدہ بھی سنا کے حاجی رب نواز کو راضی کر کے سارے سن جی اچا جی نارا سنا دنیا کنی صاحب
پڑھ گئے کہ قصیدہ کل انہوں نے دیتا ہے بھئی یہ تسا پڑھ گئے تے چھورا محنت کیتی ہے انشاءاللہ لطفہ سی ہاں بھائی دنیا کو نہیں علم کے کیا بولن کی ہے دنیا کو نہیں علم کے کیا بولن کی ہے دنیا کو نہیں علم کے کیا بولن کی ہے دنیا کو نہیں علم کے کیا بولن کی ہے دنیا کو نہیں علم کے کیا بولن کی ہے دنیا کو نہیں علم کے کیا بولن کی ہے دنیا کو نہیں علم کے کیا بولن کی ہے دنیا اسلام کے سورج کے دیا بولن کی ہے اسلام کے سورج کے دیا بولن کی ہے مرے سے
میں نے سب کون کون علی ان بلی ان لوگ پڑھ دے کی میں بھائی آدم نے یا کے بیل بہارے نے دے مادا جو نے تمہیں نام دے دے پر آئے نہ دے لیتا آدم نے یا کے بیل بہارے نے دے مادا جو نے تمہیں نام دے دے پر آئے نہ دے لیتا ہوا پانی فلک زمین آسمان سارا جتنے سادات و مومنین دنیا جہان تو ٹر گئے خصوصا بانیان نے تے نتیجے میں مومن دعا لئیے ان دی والد دے نام احمد تے ان دا ثواب جشن پاک دا ثواب پہنچاون انہاں دے درجات بلند فرماون جتنے بیمار ان صدقہ بیمار کربلا دی بیماری دا مولا انہاں صحت کاملہ عطا فرماون جڑی جھولی سکھ دین صدقہ اج دے دین دا مولا شہزادے علی اصغر علیہ الصلوۃ والسلام دا صدقہ مولا انہاں کو آزادار تے مات میں فرزند عطا جڑے بے گناہ قید ہیں مولا انہاں دی قید یا فرماویں تمام آزاداراں کو مات میں مولا حلال دا روزگار عطا فرماویں جنہاں کو دیتا ہے مولا مزید انہاں کو ترقی عطا فرماویں یہ پورا شوق دور ہر شریف دی عزت آپ محفوظ فرماویں بانیاں دا خرچ اخراجات خائیو میں نت آپ بارگاہ قبول فرماویں اور انہاں دے رزق دی جمال وچ اولاد وچ برکت عطا فرماویں تمام آزاداراں کو خاتمیاں کو مولا اپنے وقت معصوم دی زیادہ تو زیادہ معرفت عطا فرماویں جتنی حاجات بانیاں سمیت آزادار جن کے ای پاک بارگاہ داخل تھن جنہ ذکر پاک سن کے اس بارگاہ جو قدم لہر رکھن وارث زمانہ ذکر پاک دا صدقہ تمام حاجات پوریاں فرماویں لکھاں کروڑاں دی پہلی تے آخری حکمت ہوا اسادے وارث حقیقی دا جلد از جلد ظہور فرماویں اور اسا کو اپنے وقت معصوم دی حقیقی آیت اللہ دی زیارت دے قابل بناویں اللہم صلی علی محمد و آل محمد بولو بولو سکینہ نکل اللہ بابا میں بجے یاد کی تو